ਅੱਜ ਆਪਾਂ ਕਰਾਂਗੇ ਸਤੰਬਰ 2016 ਦਾ ਪੇਪਰ ਜੀ, ਜਿਸ ਦੇ ਵਿੱਚ ਆਪਾਂ ਨੇ ਅੱਜ ਕਰਨਾ ਜੀ ਸਾਇੰਸ ਦਾ ਪੋਰਸ਼ਨ। ਕੁਐਸਚਨ ਨੰਬਰ ਹੈ ਜੀ 121, ਦਾ ਐਲੀਮੈਂਟ ਪ੍ਰੈਜ਼ੈਂਟ ਇਨ ਦੀ ਕੰਪਾਊਂਡ ਕੁਇਕ ਲਾਈਮ। ਕੁਇਕ ਲਾਈਮ ਦੇ ਵਿੱਚ ਕਿਹੜੇ ਕਿਹੜੇ ਐਲੀਮੈਂਟ ਹੁੰਦੇ ਨੇ? ਆਪਾਂ ਨੂੰ ਪਤਾ ਕਿ ਕੁਇਕ ਲਾਈਮ ਦਾ ਜੋ ਫਾਰਮੂਲਾ ਹੁੰਦਾ ਜੀ ਉਹ ਕੀ ਹੁੰਦਾ ਹੈ? CaO। ਤਾਂ ਕਿਹੜੇ ਕਿਹੜੇ ਇਹਦੇ ਵਿੱਚ ਨੇ? ਇੱਕ ਕੈਲਸ਼ੀਅਮ ਹੈ ਜੀ, ਦੂਸਰਾ ਆਕਸੀਜਨ ਹੈ ਜੀ। ਤਾਂ ਇਸ ਦੇ ਵਿੱਚ ਆਪਸ਼ਨ ਨੰਬਰ 1 ਕੁਰੈਕਟ ਹੋ ਜੂਗੀ। ਕੈਲਸ਼ੀਅਮ ਅਤੇ ਆਕਸੀਜਨ ਇਸ ਦੇ ਵਿੱਚ ਪ੍ਰੈਜੈਂਟ ਨਹੀਂ ਕੁਇਕ ਲਾਈਮ ਦੇ ਵਿੱਚ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 122, ਦਾ ਨੰਬਰ ਆਫ ਮੋਲਸ ਆਫ ਦੀ ਮੋਲੀਕਿਊਲਸ ਪ੍ਰੈਜੈਂਟ ਇਨ 12 ਗ੍ਰਾਮ ਆਫ ਆਕਸੀਜਨ ਗੈਸ। 12 ਗ੍ਰਾਮ ਆਫ ਆਕਸੀਜਨ ਗੈਸ ਦੇ ਵਿੱਚ ਆਪਾਂ ਨੇ ਦੇਖਣਾ ਜੀ ਕਿੰਨੇ ਮੋਲ ਪ੍ਰੈਜੈਂਟ ਹੋਣਗੇ, ਯਾਨੀ ਕਿ 12 ਗ੍ਰਾਮ ਆਫ ਆਕਸੀਜਨ ਕਿੰਨੇ ਮੋਲ ਪ੍ਰੈਜੈਂਟ ਨੇ ਜੀ। ਹੁਣ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ 1 ਮੋਲ ਕਿਹਦੇ ਇਕੁਅਲ ਹੁੰਦਾ ਜੀ। 1 ਮੋਲ ਹੁੰਦਾ ਜੀ, ਜੇ ਆਪਾਂ ਪਾਰਟੀਕਲ ਦੇ ਹਿਸਾਬ ਸਿਰ ਦੇਖੇ ਜਾਈਏ ਤਾਂ 6.022×10^22 ਜੀ, ਠੀਕ ਹੈ ਜੀ। ਇੰਨੇ ਪਾਰਟੀਕਲ ਹੁੰਦੇ ਨੇ ਜੀ। ਜੇ ਗ੍ਰਾਮ ਦੇ ਹਿਸਾਬ ਦੇਖਿਆ ਜਾਵੇ ਜੀ ਤਾਂ ਇਹ ਹੁੰਦਾ ਜੀ 1 ਗ੍ਰਾਮ ਐਟੋਮਿਕ ਮਾਸ ਦੇ ਬਰਾਬਰ ਜੀ, ਠੀਕ ਹੈ ਜੀ। ਔਰ ਜਾਂ ਆਪਾਂ ਕਹਿ ਸਕਦੇ ਹਾਂ ਕਿ 22.4 ਲੀਟਰ ਦੇ ਹਿਸਾਬ ਸਿਰ, ਜੇ ਲਿਕੁਇਡ ਫੋਰਮ ਦੇ ਵਿੱਚ ਹੋਵੇ, ਠੀਕ ਹੈ ਜੀ। ਤਾਂ ਹੁਣ ਆਪਾਂ ਨੂੰ ਪੁੱਛਿਆ ਗਿਆ ਕਿ 12 ਗ੍ਰਾਮ ਆਕਸੀਜਨ ਦੇ ਵਿੱਚ ਕਿੰਨੇ ਮੋਲ ਹੋਣਗੇ, ਠੀਕ ਹੈ ਜੀ। ਤਾਂ ਪਹਿਲਾਂ ਤਾਂ ਇਹਦਾ ਐਟੋਮਿਕ ਮਾਸ ਕੱਢ ਲਓ। ਆਕਸੀਜਨ ਦਾ ਐਟੋਮਿਕ ਮਾਸ ਕਿੰਨਾ ਹੋ ਜਾਵੇ? 2×16 ਕਿੰਨਾ ਆ ਗਿਆ? 32 ਗ੍ਰਾਮ ਆ ਗਿਆ ਜੀ ਆਪਣੇ ਲਵੇ। ਹੁਣ 32 ਗ੍ਰਾਮ ਦੇ ਵਿੱਚ ਗ੍ਰਾਮ ਆਫ ਆਕਸੀਜਨ ਦੇ ਵਿੱਚ ਕਿੰਨੇ ਮੋਲ ਨੇ ਜੀ? 1 ਮੋਲ ਬਣਦਾ ਜੀ। ਔਰ 1 ਗ੍ਰਾਮ ਦੇ ਵਿੱਚ ਕਿੰਨੇ ਹੋਣਗੇ ਜੀ? ਫਿਰ 1 ਗ੍ਰਾਮ ਆਫ ਆਕਸੀਜਨ ਦੇ ਵਿੱਚ ਕਿੰਨੇ ਹੋਣਗੇ ਜੀ? 1/32। ਔਰ 12 ਗ੍ਰਾਮ ਦੇ ਵਿੱਚ ਕਿੰਨੇ ਹੋਣਗੇ ਫਿਰ ਜੀ? 1/32×12। ਇਹਨੂੰ ਸੋਲਵ ਕਰਕੇ ਆ ਗਿਆ ਜੀ ਆਪਣੇ ਲਈ 0.375। ਤਾਂ ਆਪਸ਼ਨ ਨੰਬਰ ਆਪਣੇ ਲਵੇ ਜਿਹੜੀ ਹੋਜੂਗੀ ਕੁਰੈਕਟ ਹੋਜੂਗੀ, ਆਪਸ਼ਨ ਨੰਬਰ ਸੀ ਕੁਰੈਕਟ ਹੋਜੂਗੀ ਜੀ। ਨੈਕਸਟ ਦੇਖੋ ਜੀ 123, ਰਦਰਫੋਰਡ ਐਲਫਾ ਪਾਰਟੀਕਲ ਸਕੇਟਰਿੰਗ ਐਕਸਪੈਰੀਮੈਂਟ ਵਾਜ਼ ਰਿਸਪੋਂਸੀਬਲ ਫੋਰ ਦੀ ਡਿਸਕਵਰੀ ਆਫ। ਜਿਹੜਾ ਰਦਰਫੋਰਡ ਦਾ ਐਕਸਪੈਰੀਮੈਂਟ ਸੀ, ਆਪਾਂ ਨੂੰ ਪਤਾ ਜੀ ਰਦਰਫੋਰਡ ਨੇ ਇੱਕ ਐਕਸਪੈਰੀਮੈਂਟ ਕੀਤਾ ਸੀ ਐਲਫਾ ਪਾਰਟੀਕਲ ਨੂੰ ਲੈ ਕੇ ਜੀ। ਇੱਕ ਐਟਮ ਲੈਤੀ ਸੀ ਉਹਨੇ ਜੀ, ਠੀਕ ਹੈ। ਐਟਮ ਦੇ ਉੱਤੇ ਐਲਫਾ ਪਾਰਟੀਕਲ ਪਾਏ ਗਏ ਸੀ ਜੀ। ਉਸਨੇ ਦੇਖਿਆ ਕਿ ਜਿਹੜੇ ਆਪਾਂ ਐਲਫਾ ਪਾਰਟੀਕਲ ਕਰ ਰਹੇ ਹਾਂ, ਇੱਕ ਤਾਂ ਉਹ ਰਿਪੈਲ ਹੋ ਰਹੇ ਨੇ ਜੀ, ਦੂਸਰਾ ਅਗਰ ਉਹਨੂੰ ਸੈਂਟਰ ਦੇ ਵਿੱਚ ਦੀ ਭੇਜਦੇ ਹਾਂ ਜੀ, ਸੈਂਟਰ ਦੇ ਵਿੱਚ ਪਾਇਆ ਤਾਂ ਉਹੀ ਰਸਤੇ ਦੇ ਵਿੱਚ ਉਹ ਵਾਪਸ ਆ ਰਿਹਾ। ਐਲਫਾ ਪਾਰਟੀਕਲ ਕੀ ਹੁੰਦੇ ਨੇ ਜੀ? ਜਿਹੜੇ ਉੱਤੇ ਪੋਜ਼ਿਟਿਵ ਚਾਰਜ, ਯਾਨੀ ਕਿ HeH2 ਪੋਜ਼ਿਟਿਵ ਚਾਰਜ ਹੁੰਦਾ ਉਹਨਾਂ ਉੱਤੇ ਜੀ। ਤਾਂ ਜਦੋਂ ਇਹ ਵਾਪਸ ਆ ਜਾਂਦੇ ਨੇ ਜੀ, ਠੀਕ ਹੈ ਜੀ, ਤਾਂ ਇਸ ਤੋਂ ਇਸਨੇ ਅੰਦਾਜ਼ਾ ਲਗਾਇਆ ਕਿ ਸੈਂਟਰ ਦੇ ਵਿੱਚ ਇਹਦੇ ਕੁਛ ਚਾਰਜ ਪਿਆ ਜਿਹੜਾ ਕਿ ਪੋਜ਼ਿਟਿਵ ਆ, ਜਿਸਦਾ ਨਾਮ ਉਸਨੇ ਰੱਖਿਆ ਜੀ ਐਟੋਮਿਕ ਨਿਊਕਲੀਅਸ। ਕੀ ਨਾਮ ਰੱਖਿਆ ਜੀ? ਐਟੋਮਿਕ ਨਿਊਕਲੀਅਸ। ਤਾਂ ਰਦਰਫੋਰਡ ਨੇ ਕੀ ਕੀਤਾ ਸੀ ਜੀ? ਆਪਣੇ ਐਟੋਮਿਕ ਨਿਊਕਲੀਅਸ ਦੀ ਡਿਸਕਵਰੀ ਕੀਤੀ ਸੀ ਜੀ, ਠੀਕ ਹੈ ਜੀ। ਨੈਕਸਟ ਦੇਖੋ, ਦਾ ਮੈਟਲ ਵਿੱਚ ਐਗਜਿਸਟ ਇਨ ਦੀ ਲਿਕੁਇਡ ਸਟੇਟ ਐਟ ਦੀ ਰੂਮ ਟੈਂਪਰੇਚਰ। ਰੂਮ ਟੈਂਪਰੇਚਰ ਦੇ ਉੱਤੇ ਉਹ ਕਿਹੜੀ ਮੈਟਲ ਹੈ ਜਿਹੜੀ ਲਿਕੁਇਡ ਫੋਰਮ ਦੇ ਵਿੱਚ ਮਿਲਦੀ ਹੈ? ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ, ਮਰਕਰੀ ਹੈ। ਜੇ ਇਹੀ ਆਪਾਂ ਨੂੰ ਨੋਨ ਮੈਟਲ ਪੁੱਛ ਲੈਂਦਾ ਜੀ, ਲਿਕੁਇਡ ਐਟ ਰੂਮ ਟੈਂਪਰੇਚਰ, ਰੂਮ ਟੈਂਪਰੇਚਰ ਉੱਤੇ ਲਿਕੁਇਡ ਫੋਰਮ ਦੇ ਵਿੱਚ ਕਿਹੜੀ ਨੋਨ ਮੈਟਲ ਹੈ ਜੀ? ਉਹ ਆਪਾਂ ਕਹਾਂਗੇ ਬਰੋਮੀਨ ਜੀ। ਤਾਂ ਇਹ ਵੀ ਯਾਦ ਰੱਖਿਓ, ਇਹ ਵੀ ਇੱਕ ਵਾਰੀ ਕੁਐਸਚਨ ਪੁੱਛਿਆ ਗਿਆ ਜੀ, ਠੀਕ ਹੈ ਜੀ। ਤਾਂ ਇਸਦੇ ਵਿੱਚ ਮੈਟਲ ਪੁੱਛਿਆ ਆਪਾਂ ਨੂੰ, ਇਸ ਕਰਕੇ ਇਹ ਕੀ ਹੋ ਜੂਗੀ ਜੀ? ਮਰਕਰੀ ਹੋ ਜੂਗੀ, ਆਪਸ਼ਨ ਨੰਬਰ ਸੀ। ਕੁਐਸਚਨ ਨੰਬਰ 125 ਦੇਖੋ ਜੀ, ਇਨ ਏ ਕੋਵਲੈਂਟ ਬੌਂਡ। ਕੋਵਲੈਂਟ ਬੌਂਡ ਦੇ ਵਿੱਚ ਕੀ ਹੁੰਦਾ ਜੀ? ਕੋਵਲੈਂਟ ਬੌਂਡ ਦੇ ਵਿੱਚ ਹੁੰਦਾ ਜੀ ਇਕੁਅਲ ਸ਼ੇਅਰਿੰਗ ਆਫ ਇਲੈਕਟ੍ਰੋਨ। ਇਕੁਅਲ ਸ਼ੇਅਰਿੰਗ ਆਫ ਇਲੈਕਟ੍ਰੋਨਸ, ਇਹਦੇ ਵਿੱਚ ਇਲੈਕਟ੍ਰੋਨ ਦੀ ਇਕੁਅਲ ਸ਼ੇਅਰਿੰਗ ਹੁੰਦੀ ਹੈ ਜੀ। ਐਗਜ਼ਾਮਪਲ ਦੇ ਤੌਰ 'ਤੇ ਆਪਾਂ ਇੱਕ ਲੈਂਦੇ ਹਾਂ ਜੀ HCl ਹੀ ਲੈ ਲਓ। HCl ਦੇ ਵਿੱਚ ਦੇਖੋ ਕਲੋਰੀਨ ਦੇ ਆਊਟਰਮੋਸਟ ਸ਼ੈੱਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੁੰਦੇ ਨੇ ਜੀ? 7 ਜੀ, ਠੀਕ ਹੈ ਜੀ, 7 ਹੁੰਦੇ ਨੇ। ਹੁਣ ਇੱਕ ਇਲੈਕਟ੍ਰੋਨ ਇਹਦੇ ਲਈ ਫ੍ਰੀ ਪਿਆ ਜੀ, ਤਾਂ ਇਸ ਨੂੰ ਕਿੰਨੇ ਚਾਹੀਦੇ ਹੁੰਦੇ ਨੇ ਆਟੋਮੋਸਟ ਸ਼ੈੱਲ ਦੇ ਵਿੱਚ? 8 ਜੀ। ਤਾਂ ਇੱਕ ਇਲੈਕਟ੍ਰੋਨ ਜਿਹੜਾ ਆ ਉਹ ਕੌਣ ਸ਼ੇਅਰ ਕਰ ਲੈਂਦਾ? ਹਾਈਡਰੋਜਨ ਸ਼ੇਅਰ ਕਰ ਲੈਂਦਾ। ਤਾਂ ਇਸਦੇ ਵੀ ਪੂਰੇ ਹੋ ਜਾਂਦੇ ਨੇ ਇਲੈਕਟ੍ਰੋਨ ਜੀ 2, ਯਾਨੀ ਕਿ ਇਹ ਵੀ ਸਟੇਬਲ ਹੋ ਜਾਂਦਾ।
और ये भी एट बन जाते हैं। इनू कहते हैं जोड़ा आह वाला बोंड बनता जी, ये होंगे जी कोवेलेंट बोंड। ठीक है जी, तो इस दे विच की होंगी इक्वल शेयरिंग, ऑप्शन नंबर डी करैक्ट हो जाएगी, इक्वल शेयरिंग ऑफ इलैक्ट्रॉन टेक्स प्लेस बिटवीन टू एटम्स। ठीक है जी, नैक्सट देखो जी क्वेश्चन नंबर 126, द नंबर ऑफ कार्बन ए कंपाउंड इज वेरी लार्ज बिकॉज। नंबर ऑफ कार्बन कंपाउंड अपन बहुत मात्रा के मिलते हैं जी। ठीक है जी, सब तो ज़्यादा जोड़े कंपाउंड मिलते हैं वो कार्बन के मिलते हैं, कि कारण करके मिलते हैं वह अपन पता है कि इट हैज़ स्ट्रोंग कैटीनेशन प्रॉपर्टी, यानी कि यह अपने नाल ही बहुत लंबी चैन बना सकता जी, अपने नाल ही लंबी चैन बना सकता और चारे पासे नूं है चार बाउंड बना के चलता जी, तो चारे पासे नूं है अपने चैन स्टार्ट कर सकता जी, जिस करके सब तो ज़्यादा अपन की मिलते हैं जी कार्बन कंपाउंड मिलते हैं। उस तो बाद देखो जी क्वेश्चन नंबर 127, द स्ट्रेंथ ऑफ द एसिड डिपेंड ऑन द, कि उत्ते डिपेंड करता हूँ जी, तो आपको पता है कि एसिड की जी स्ट्रेंथ होंगी कि डिपेंड कर देती है, हाइड्रोजन आयन के उत्ते डिपेंड कर देंगे, या आप लिख सकते हैं हाइड्रोनियम आयन। ठीक है जी, द कंसनट्रेशन ऑफ द हाइड्रोजन आयन फ्यूजन बाय द एसिड ऑन द आयोनाइजेशन, ऑप्शन नंबर डी करैक्ट हो जूगी जी इस। ठीक है जी, तो नैक्सट देखो जी क्वेश्चन नंबर 128, द कंसनट्रेशन ऑफ द सोल्यूशन कंटेनिंग द 40 ग्राम ऑफ कॉमन साल्ट इन 320 ग्राम ऑफ वाटर इन टर्म ऑफ मास बाई मास परसेंटेज ऑफ द सोल्यूशन। मास परसेंटेज देखने तो इस दे विच देखो 128 दे विच जी, तो मास परसेंटेज किदे बराबर हो गई, मास परसेंटेज मास ऑफ द सोल्यूट अपॉन टोटल आप कह सकते हैं जी, जो टोटल हुआ इन्हों का और 100 ना मल्टीप्लाई कर दो, जिस दे नाल अपनी की निकल आऊगी परसेंटेज निकल आऊगी। सल्यूट आप किनू कहांगे जी, जिहड़ा अपने लगे 40 ग्राम ऑफ कॉमन साल्ट है जी, इनू सल्यूट कहांगे जी। नैक्सट देखो मास ऑफ द सल्यूट किन्ना जी अपने लवे 40 ग्राम, और टोटल किन्ना हो जूगा 320 प्लस 40 इंटू 100। ठीक है जी, तो नैक्सट देखो अपने लवे 40 अपॉन ए टोटल किन्ना है 360 जी, किन्ना हो गया 360 इंटू 100, जीरो जीरो ना कटेगी, 4 1 4 4 9 36 जी, और इनू जो आप सोल्व करांगे जी 100 अपॉन 9 आ गया, किन्ना आ गया जी आजूगा जी अपने लवे 11.1%, तो ऑप्शन नंबर अपने लवे की हो जूगी सी करैक्ट हो जूगी जी। ठीक है जी, नेक्स्ट देखो जी 129, आ की ऑफ द मकैनिकल पियानो स्ट्रक जेंटली एंड देन स्ट्रक अगेन बट मच हार्डर इट दिस टाइम इन सेंकिड केस। सेंकिड केस दे विच की होगा जी, तो सेंकिड केस दे विच की होगा जी, द सेंकिड विल बी लाउडर बट द पिच विल नॉट बी डिफरेंट। इस दे विच ऑप्शन नंबर 1 ही करैक्ट है जी, पहले सब तो पहले अपन पता होना चाहिए जी पिच की होंगी है, पिच वो चीज़ है जी जो आवाज़ नूं आपां कह सकते जो सिंपल लैंग्वेज दे विच की है कि तिखी या मोटी दसदी है, मोटी करती है जी। ठीक है जी, आवाज़ नूं इस दे विच आपां ऑप्शन ले सकते जी, जिस तरह भी वूमैन की आवाज़ होंदी है, ठीक है ने, वूमैन की आवाज़ होंदी है वॉइस होंदी है वो देखो आपां ब्रीक होंदी है, या जिवें आपां कह सकते हैं बर्ड्स वगैरह की आवाज़ होंदी है जी, या आपां कह सकते हैं इस दे विच जो इनसैक्ट वगैरह होंगे ने जी उन्होंने आवाज़ भी तिखी होंगी है। ठीक है जी, और मोटी आवाज़ आप मैन ले सकते हैं जी, या आप कह सकते हैं जी फ्रॉक्स वगैरह जो डड्डू वगैरह होंगे उन्होंने आवाज़ देखो है ना जी, तो मोटी जी होंगी है, तो पिच कि डिपेंड करती होंगी है जी, ए फ्रीकुएंसी के उत्ते डिपेंड करती है, जे तो अपने लगे फ्रीकुएंसी हाई होगी तो वो पिच भी हाई होगी, जे फ्रीकुएंसी लो होगी तो वो पिच भी लो होगी, बट वेवलेंथ दे इनवर्सली होंगी है। ठीक है जी, तो साउंड विल बी लाउडर होगा बट द पिच विल नॉट बी डिफरेंट, पिच डिफरेंट नहीं होनी। ठीक है जी, नैक्सट देखो जी 130 के कहता गया जी अपन, आ रे ऑफ लाइट ट्रैवलिंग इन ग्लास, ग्लास दे विच दी जा रही है जी। ठीक है, जिहदा रिफ्रैक्टिव इंडैक्स दिता है आपां नूं 1.52, एंटर द वाटर रिफ्रैक्टिव इंडैक्स उहदा किन्ना जा 1.33। ठीक है ना, यानी कि ये डेंसर मीडियम है जी, ये रेयर मीडियम अपने लगे, ओबलीकली द रे लाइट, हुण आपां नूं पता है कि जदों
हुण अपने लवे एक गलास है जी और पानी दे विच एंटर हो रही है जी। ये डेंसर मीडियम है जी आ रेयर मीडियम आ। उरे जे मैं नॉर्मल बना लवां तो आपां नूं पता कि जो डेंसर टू रेयर मीडियम जांदे ये अपना पाथ जे मान लो आ आया तो अपना पाथ थोड़ा जा अवे कर लैंदे टू दी नॉर्मल, ठीक है जी, अवे फ्रॉम दी नॉर्मल हो जाता। इस दे विच ऑप्शन जिहड़ी होगी जी वह कि करैक्ट हो जूगी, सी वाली करैक्ट हो जूगी, बेंड्स अवे फ्रॉम दी नॉर्मल, ऑप्शन नंबर सी, ठीक है जी। नेक्स्ट देखो जी क्वेश्चन नंबर 131, विच ऑफ द फॉलोइंग स्टेटमेंट इज करैक्ट फॉर द सर्किट हैविंग द सीरीज कंबीनेशन ऑफ द रजिस्टेंस। देखो जो दो रजिस्टेंस सीरीज दे विच होंदे ने 131 है जी अपने, मान लो आ तीन रजिस्टेंस सीरीज दे विच लगे हैं ने जी, आर वन आर टू आर थ्री है, उरो करंट आई जा रहा जी तो उरो भी आई जाऊगा, उरो भी आई ही जाऊगा, ठीक है जी। तो इन जो फर्क पै जाता वो जी वोल्टेज का पै जाता, यदि वोल्टेज अलग होगी जी, यदि वोल्टेज अलग वी टू होगी जी और यदि वोल्टेज वी थ्री होगी जी, ठीक है जी, वोल्टेज का फर्क पै जाता। तो ये वाली ऑप्शन देखो ऑप्शन नंबर सी दे विच जी, देखो करंट इज सेम, करंट सारे दे विच सेम रहिंदा जी थ्रू आउट द सर्किट एंड वोल्टेज डिवाइडेड बिटवीन द रजिस्टेंस, जिहड़े रजिस्टेंस ने वोल्टेज उन्हां विच डिवाइड हो जाती है, ठीक है जी। नैक्सट देखो जी क्वेश्चन नंबर 132, अ परसन यूज कनके मिरर फॉर शेविंग, वट शुड बी द पोजिशन ऑफ द फेस इन द फ्रंट ऑफ इट। ये फ्रंट के उत्ते यानी कितने पोजिशन रखे अपने फेस की कि वो शेविंग कर सके। तो देखो मान लो आपने लगे कनकेव मिरर है जी, आपने लगे हों पोल, उरे अपने लगे फोकस एफ जी, ठीक है। तो वो अपना फेस उरे सेंटर ऑफ करवेचर आ वाले जगह के उत्ते यानी कि पी और एफ के बचाले जिथे भी वह रखू अपना फेस जी, तो जी इमेज बनूगी जी वह वड्डी बनूगी, ठीक है जी। तो उस दे विच देखो फॉर एग्जाम्पल उरे टकरा के उरेगी जी और नैक्सट अपने लगे जी आऊगी जी उरे टकराने तो बाद, ठीक है जी। ये अपन लगेगा कि इमेज इस तरह उरे बन रही है, ठीक है जी। तो यह की होगी मैगनीफाई इमेज होगी यानी कि बड़ी इमेज तो बनूगी, ठीक है जी। तो ये ऑप्शन नंबर बी करैक्ट हो जूगी जी, बिटवीन पोल एंड फोकस के बचाले ही अपना फेस यानी कि ऑब्जेक्ट रखा जाए जिस दे नाल जिहड़ी इमेज है अपनी बड़ी बनूगी, ठीक है जी। नैक्सट देखो जी क्वेश्चन नंबर 133 दे विच देखो जी, ए सी 132, आ टीवी सेट पिक्चर ट्यूब अमिट ए बीम ऑफ इलेक्ट्रॉन्स करंट ड्यू टू दिस बीम इज 10 मेगा मिली एम्पीयर, हाउ मैनी इलेक्ट्रॉन विल स्ट्राइक द टीवी स्क्रीन एवरी सेकेंड। एक सेकेंड दे विच किन्ने यानी कि किन्ने इलेक्ट्रॉन स्ट्राइक करनगे किनू स्क्रीन, ठीक है जी। तो आप कहने टाइम किन्ना दिता जी, आपां नूं एक सैकेंड दिता है जी। उस तो बाद आपां नूं पता कि करंट का फॉर्मूला की होंदा है, क्यू चार्ज अपॉन टाइम, जिहड़ा चार्ज होंदा उह कहिंदा नंबर ऑफ इलेक्ट्रॉन अपॉन टाइम, ठीक है जी। तो हुण देखो जिहड़ा करंट दिता है वह आपां नूं दिता है 10 इज इक्वल टू एन ई अपॉन टी किन्ना जी 1 सैकेंड, ये इधर जाके मल्टीप्लाई हो जूगा कुछ नहीं होंगे जी, 10 एन ई इज इक्वल टू 10 ही रह जूगा जी अपने लगे। उस तो बाद देखो मेगा एम्पीयर कि जे यू कि बराबर हो जाए 10^-3, तो यह भी 10^-3 ना मल्टीप्लाई हो जूगा जी, तो एन इज इक्वल टू अपने लगे आ जूगा जी 10^-3 अपॉन ई। ई की होंगे जी चार्ज ऑन द इलेक्ट्रॉन, 10^-3 अपॉन चार्ज ऑन द इलेक्ट्रॉन कि होंगे जी 1.6×10^-19 कूलम हों, ठीक है जी। तो हूँ इन जो जो आप सोल्व करा सोल्व करके अपने लिए की आ जूगा जी 10/16, यदा मैं 10 उपरी ले जाऊँगा जी, -19 आ वाला नीचे आ जूगा, तो अपने लिए कि आ जूगा 10^20/10^3, तो कटिंग कर लो जी 5 और 8 कि आ गया 5/8×10^17,
ਤਾਂ ਆਪਸ਼ਨ ਨੰਬਰ ਏ ਦੇ ਵਿੱਚ ਆਪਣੀ ਇਹ ਪਈ ਹੈ ਜੀ, ਆਪਸ਼ਨ ਨੰਬਰ ਏ ਕਰੈਕਟ ਹੋ ਜੂਗੀ ਜੀ। ਨੈਕਸਟ ਦੇਖੋ ਜੀ, ਨੈਕਸਟ ਹੈ ਜੀ ਕੁਐਸਚਨ ਨੰਬਰ 134। ਐਨ ਇਲੈਕਟ੍ਰਿਕ ਵਾਇਰ ਇਜ਼ ਸਟ੍ਰੈਚ ਟੂ ਇਨਕਰੀਜ਼ ਇਟਸ ਲੈਂਥ ਬਾਏ ਦੀ 25%। 25% ਲੈਂਥ ਇਨਕਰੀਜ਼ ਕਰਤੀ ਆਪਾਂ ਨੇ ਇੱਕ ਵਾਇਰ ਦੀ, ਠੀਕ ਹੈ ਨਾ। ਕੀਪਿੰਗ ਦੀ ਏਰੀਆ ਕਰੋਸ ਸੈਕਸ਼ਨ ਸੇਮ, ਉਹਦਾ ਏਰੀਆ ਆਫ ਕਰੋਸ ਸੈਕਸ਼ਨ ਕੀ ਰੱਖਿਆ ਆਪਾਂ ਨੇ, ਸੇਮ ਰੱਖਿਆ। ਬਾਈ ਵਟ ਪਰਸੈਂਟੇਜ ਵਿਲ ਰਜਿਸਟੈਂਸ ਵਿਲ ਇਨਕਰੀਜ਼, ਕਿੰਨੇ ਪਰਸੈਂਟ ਰਜਿਸਟੈਂਸ ਇਨਕਰੀਜ਼ ਹੋ ਜੂਗੀ। ਐਂਡ ਵਟ ਵਿਲ ਬੀ ਦੀ ਇਨਕਰੀਜ਼ ਇਨ ਇਟਸ ਰਜਿਸਟਿਵਿਟੀ, ਰਜਿਸਟਿਵਿਟੀ ਦੇ ਵਿੱਚ ਕੀ ਫਰਕ ਪਊਗਾ, ਠੀਕ ਹੈ। ਤਾਂ ਆਪਾਂ ਨੂੰ ਪਤਾ ਕਿ ਰਜਿਸਟੈਂਸ ਕਿਹਦੇ ਬਰਾਬਰ ਹੁੰਦੀ ਹੈ, ਰੋ ਇੰਟੂ ਐਲ ਅਪੋਨ ਏ। ਇਹ ਹੈਗੀ ਆਪਣੇ ਰਜਿਸਟੈਂਸ ਜੀ, ਆਹ ਹੈਗੀ ਰਜਿਸਟੈਂਸ ਰਜਿਸਟਿਵਿਟੀ। ਰਜਿਸਟਿਵਿਟੀ ਆਪਾਂ ਨੂੰ ਪਤਾ ਕਿ ਰੋ ਕੀ ਹੁੰਦੀ ਹੈ, ਰਜਿਸਟਿਵਿਟੀ ਜੀ, ਰਜਿਸਟਿਵਿਟੀ। ਔਰ ਇਹ ਡਿਪੈਂਡ ਕਰਦੀ ਹੁੰਦੀ ਹੈ ਜੀ ਮਟੀਰੀਅਲ ਦੇ ਉੱਤੇ ਜੀ, ਅਪੋਨ ਮਟੀਰੀਅਲ ਕਾਹਦੀ ਬਣੀ ਹੋਈ ਹੈ ਵਾਇਰ, ਠੀਕ ਹੈ ਜੀ। ਉਸ ਦੇ ਉੱਤੇ ਡਿਪੈਂਡ ਕਰਦੀ ਹੈ, ਨਾ ਕਿ ਆਪਣੀ ਲੈਂਥ ਪਲੇਟ ਦੇ ਉੱਤੇ, ਲੈਂਥ ਜਾਂ ਏਰੀਆ ਦੇ ਉੱਤੇ ਡਿਪੈਂਡ ਕਰਦੀ ਹੈ। ਔਰ ਆਰ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਕਿਹਦੇ ਹੋ ਗਏ ਜੀ, ਐੱਲ ਦੇ। ਤਾਂ ਜਿੰਨੀ ਲੈਂਥ ਇਨਕਰੀਜ਼ ਹੋਊਗੀ ਓਨੀ ਕੀ ਹੋਊਗੀ, ਰਜਿਸਟਿਵਿਟੀ ਇਨਕਰੀਜ਼ ਹੋਊਗੀ। ਤਾਂ 20% ਹੀ ਕੀ ਹੋ ਜੂਗੀ, ਰਜਿਸਟਿਵਿਟੀ ਇਨਕਰੀਜ਼ ਹੋ ਜੂਗੀ ਆਪਣੇ ਲਈ। ਤਾਂ 20% ਰਜਿਸਟਿਵਿਟੀ ਔਰ ਰਜਿਸਟੈਂਸ ਇਨਕਰੀਜ਼ ਹੋ ਜੂਗੀ, ਔਰ ਰਜਿਸਟਿਵਿਟੀ ਕੀ ਹੋਊਗੀ, ਨੋ ਚੇਂਜ। ਤਾਂ ਇਹ ਆਪਸ਼ਨ ਨੰਬਰ ਸੀ ਦੇ ਵਿੱਚ ਦੇਖੋ ਜੀ, ਰਜਿਸਟੈਂਸ 25% ਔਰ ਰਜਿਸਟਿਵਿਟੀ ਨੋ ਚੇਂਜ। ਤਾਂ ਆਪਸ਼ਨ ਨੰਬਰ ਸੀ ਕਰੈਕਟ ਹੋ ਜੂਗੀ ਇਸ ਦੇ ਵਿੱਚ ਜੀ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 135। ਫੋਰ ਐਨ ਓਬਜੈਕਟ ਇਨ ਮੋਸ਼ਨ, ਇੱਕ ਓਬਜੈਕਟ ਮੋਸ਼ਨ ਦੇ ਵਿੱਚ ਹੈ, ਇਫ ਦੀ ਡਿਸਪਲੇਸਮੈਂਟ ਓਕਰ ਇਜ਼ ਪ੍ਰਪੋਰਸ਼ਨ ਟੂ ਦੀ ਸਕੇਅਰ ਆਫ ਦੀ ਟਾਈਮ। ਜੇ ਡਿਸਪਲੇਸਮੈਂਟ ਦੀ ਥਾਂ 'ਤੇ ਆਪਾਂ ਸਕੇਅਰ ਆਫ ਦੀ ਟਾਈਮ ਕਰ ਦਈਏ, ਦੈਨ ਦੀ ਓਬਜੈਕਟ ਮੂਵ ਵਿਦ, ਤਾਂ ਓਬਜੈਕਟ ਕਿਸ ਸਪੀਡ ਦੇ ਨਾਲ ਮੂਵ ਕਰੂਗਾ ਜੀ। ਤਾਂ ਇਸ ਦੇ ਵਿੱਚ ਦੇਖੋ, ਆਪਾਂ ਨੂੰ ਪਤਾ ਕਿ ਵਿਲੋਸਟੀ ਕਿਹਦੇ ਬਰਾਬਰ ਹੁੰਦੀ ਹੈ, ਡਿਸਪਲੇਸਮੈਂਟ ਅਪੋਨ ਟਾਈਮ। ਤਾਂ ਆਪਾਂ ਨੇ ਕੀ ਕਰਨਾ ਜੀ, ਡਿਸਪਲੇਸਮੈਂਟ ਦੀ ਥਾਂ 'ਤੇ ਟਾਈਮ ਦਾ ਸਕੇਅਰ ਕਰ ਦਿਓ ਜੀ, ਅਪੋਨ ਟਾਈਮ, ਠੀਕ ਹੈ। ਟਾਈਮ ਟਾਈਮ ਨਾਲ ਕੱਟ ਗਿਆ, ਕੀ ਆ ਗਿਆ, ਵਿਲੋਸਟੀ ਇਜ਼ ਇਕੁਅਲ ਟੂ ਟਾਈਮ ਆ ਗਿਆ ਜੀ। ਇਹ ਤਾਂ ਆ ਗਈ ਆਪਣੀ ਵਿਲੋਸਟੀ। ਉਸ ਤੋਂ ਬਾਅਦ ਆਪਣੇ ਲਵੇ ਐਕਸਲੇਸ਼ਨ ਕਿਹਦੇ ਬਰਾਬਰ ਹੁੰਦਾ, ਵਿਲੋਸਟੀ ਅਪੋਨ ਟਾਈਮ। ਤਾਂ ਵਿਲੋਸਟੀ ਕਿਹਦੇ ਬਰਾਬਰ ਹੈ ਜੀ, ਐਕਸਲੇਸ਼ਨ ਵਿਲੋਸਟੀ ਆਪਾਂ ਨੂੰ ਦਿੱਤੀ ਹੋਈ ਹੈ, ਟਾਈਮ ਆਪਾਂ ਨੇ ਕੱਢ ਲਈ ਜੀ। ਔਰ ਆਪਣੇ ਲਵੇ ਐਕਸ ਟਾਈਮ ਅਪੋਨ ਟਾਈਮ ਕੱਟ ਕੇ ਕਿੰਨਾ ਆ ਗਿਆ, 1। ਤਾਂ ਐਕਸਲੇਸ਼ਨ ਕੀ ਹੋ ਰਿਹਾ ਜੀ, 1 ਹੀ ਹੋ ਰਿਹਾ, ਯਾਨੀ ਕਿ ਯੂਨੀਫਾਰਮ ਐਕਸਲੇਸ਼ਨ ਹੋ ਰਿਹਾ। ਤਾਂ ਇਸ ਦੇ ਵਿੱਚ ਆਪਸ਼ਨ ਨੰਬਰ ਬੀ ਕਰੈਕਟ ਹੋ ਜੂਗੀ, ਤਾਂ ਯੂਨੀਫਾਰਮ ਐਕਸਲੇਸ਼ਨ ਹੋਊਗਾ ਜੀ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 136। ਅ ਵਾਟਰ ਟੈਂਕਰ ਫੀਡ ਅਪ ਟੂ 2/3 ਆਫ ਇਟਸ ਹਾਈਟ, 2/3 ਯਾਨੀ ਕਿ 2/3 ਆਪਣਾ ਹਿੱਸਾ ਉਹਦਾ ਭਰਿਆ ਹੋਇਆ, ਇਜ਼ ਮੂਵਿੰਗ ਵਿਦ ਦੀ ਯੂਨੀਫਾਰਮ ਸਪੀਡ, ਯੂਨੀਫਾਰਮ ਸਪੀਡ ਨਾਲ ਜਾ ਰਿਹਾ। ਔਨ ਸਡਨ ਐਪਲੀਕੇਸ਼ਨ, ਯਾਨੀ ਕਿ ਅਪਲਾਈ ਕਰੇ ਆਪਾਂ ਨੇ ਆਫ ਦੀ ਬ੍ਰੇਕ, ਬ੍ਰੇਕ ਅਪਲਾਈ ਕਰਤੇ, ਦੈਨ ਦੀ ਵਾਟਰ ਇਨ ਦੀ ਟੈਂਕ। ਤਾਂ ਵਾਟਰ ਕੀ ਹੋਊ, ਦੇਖੋ ਇੱਕ ਵਾਟਰ ਦੇ ਵਿੱਚ ਆਪਣੇ ਲਵੇ ਟੈਂਕ ਹੈ ਜੀ, ਜਿਹੜਾ ਕਿ ਯੂਨੀਫਾਰਮ ਸਪੀਡ ਦੇ ਨਾਲ ਜਾ ਰਿਹਾ ਸੀ, ਠੀਕ ਹੈ ਜੀ। ਇਹ ਉਹ 2/3 ਭਰਿਆ ਹੋਇਆ। ਤਾਂ ਜਦੋਂ ਆਪਾਂ ਇਹਦੇ 'ਤੇ ਬ੍ਰੇਕ ਅਪਲਾਈ ਕਰਾਂਗੇ, ਤਾਂ ਜਿਹੜਾ ਆਹ ਵਾਟਰ, ਆਹ ਵਾਲਾ ਵਾਟਰ ਹੈ, ਇਹ ਸਾਰਾ ਸਾਰਾ ਅੱਗੇ ਜਾਊਗਾ ਜੀ, ਔਰ ਰਾਈਜ਼ ਕਰੂਗਾ, ਉਰੇ ਜਾ ਕੇ ਚੜ ਜੂਗਾ, ਠੀਕ ਹੈ ਨਾ, ਉਰੋ ਫਿਲ ਕਰ ਦੂਗਾ ਸਾਰਾ ਇਹ। ਤਾਂ ਕੀ ਹੋਊਗਾ, ਰਾਈਜ਼ ਵੀ ਹੋਊਗਾ, ਉਹ ਮੂਵ ਫੋਰਵਰਡ ਹੋਊਗਾ। ਤਾਂ ਆਪਸ਼ਨ ਨੰਬਰ ਬੀ ਕਰੈਕਟ ਹੋ ਜੂ, ਮੂਵ ਫੋਰਵਰਡ ਐਂਡ ਰਾਈਜ਼ ਹੋ ਜੂਗਾ, ਠੀਕ ਹੈ ਜੀ। ਨੈਕਸਟ ਦੇਖੋ ਕੁਐਸਚਨ ਨੰਬਰ 137 ਜੀ। 137 ਦੇ ਵਿੱਚ ਆਪਾਂ ਨੂੰ ਕੀ ਕੀਤਾ ਗਿਆ ਜੀ, ਐਨ ਓਬਜੈਕਟ ਇਜ਼ ਪੁੱਟ 1/1, ਇੱਕ ਵਾਈ ਯਾਨੀ ਕਿ ਇਕੱਲੇ ਇਕੱਲੇ ਰੱਖੇ ਹੋਏ ਨੇ, ਉਹ ਇਨ 3 ਲਿਕੁਇਡ ਹੈਵਿੰਗ ਦੀ ਡਿਫਰੈਂਟ ਡੈਂਸਿਟੀਜ਼, ਡਿਫਰੈਂਟ ਡੈਂਸਿਟੀਜ਼ ਦੇ ਵਿੱਚ ਰੱਖੇ ਗਏ ਨੇ, ਠੀਕ ਹੈ ਨਾ। ਦੀ ਓਬਜੈਕਟ ਫਲੋਟ ਵਿਦ ਦੀ 1/9, 2/11 ਐਂਡ 3/7 ਪਾਰਟਸ ਆਫ ਦੇਅਰ ਵੋਲੀਅਮ ਆਊਟਸਾਈਡ ਦੀ ਲਿਕੁਇਡ, ਯਾਨੀ ਕਿ ਇੰਨਾ ਇੰਨਾ ਉਹਨਾਂ ਦਾ ਹਿੱਸਾ, ਇੰਨਾ ਇੰਨਾ ਵੋਲੀਅਮ ਉਹਨਾਂ ਦਾ ਆਊਟਸਾਈਡ ਦੀ ਸਰਫੇਸ ਆਫ ਦੀ ਲਿਕੁਇਡ ਹੈ, ਠੀਕ ਹੈ ਨਾ। ਇਨ ਦੀ ਲਿਕੁਇਡ ਆਫ ਦੀ ਡੈਂਸਿਟੀਜ਼ D1, D2, D3 ਰਿਸਪੈਕਟਿਵਲੀ, ਵਿੱਚ ਦੀ ਫਲੋਇੰਗ ਸਟੇਟਮੈਂਟ ਇਜ਼ ਕਰੈਕਟ, ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਕਰੈਕਟ ਹੋਊਗੀ। ਦੇਖੋ 1/9 ਆਪਾਂ ਨੂੰ ਇਹ ਦਿੱਤੇ ਹੋਏ ਓਬਜੈਕਟ, ਠੀਕ ਹੈ ਨਾ। ਹੁਣ ਦੇਖੋ ਜਿੰਨਾ ਜ਼ਿਆਦਾ, ਪਹਿਲਾਂ ਤਾਂ ਇਹ ਆਪਾਂ ਨੂੰ ਪਤਾ ਹੈਗਾ ਕਦੋਂ ਡੁੱਬਦੀ ਹੈ ਕੋਈ ਚੀਜ਼, ਠੀਕ ਹੈ ਨਾ। ਜਦੋਂ ਮੰਨ ਲਓ ਜਿਹਦੇ ਵਿੱਚ ਆਪਾਂ ਕੋਈ ਚੀਜ਼ ਨੂੰ ਪਾ ਰਹੇ ਹਾਂ, ਜਦੋਂ ਉਹ ਵਾਲੀ ਚੀਜ਼ ਦੀ ਡੈਂਸਿਟੀ, ਇਹ ਵਾਲੀ ਚੀਜ਼ ਦੀ ਡੈਂਸਿਟੀ ਇਹਦੀ ਡੈਂਸਿਟੀ ਤੋਂ ਜ਼ਿਆਦਾ ਹੋਊਗੀ, ਤਦ ਹੀ ਸ਼੍ਰਿੰਕ ਕਰੂਗੀ, ਅਦਰਵਾਈਜ਼ ਉਹ ਕੀ ਕਰੂਗੀ, ਫਲੋਟ ਕਰੂਗੀ, ਠੀਕ ਹੈ ਜੀ। ਤਾਂ ਹੁਣ ਆਪਾਂ ਦੇਖਦੇ ਹਾਂ ਜੀ, ਉਰੇ ਇਹ ਕਿੰਨਾ ਹੁੰਦਾ, 1/9 ਕਿੰਨਾ ਹੁੰਦਾ ਜੀ, 0/11, ਔਰ 2/11 ਕਿੰਨਾ ਹੋ ਜੂਗਾ ਆਪਣੇ ਲਵੇ ਜੀ, 0.18,
और जेड़ा अपने लगे 3/7 है जी वह कि जी 0.42। तो उस तो बाद इस तो देखो ये डेंसिटी ये D1 होगी, ये डेंसिटी D2 होगी, ये डेंसिटी D3 होगी। तो हूँ जिन्नी घट डेंसिटी होगी उन्ना ही की हुआ फ्लोट करूगा, यानी कि घट डुबूगा। तो सब तो घट जो डुबूगा जी वह की हुआ D1 होगा जी, उस तो बाद फिर डुबू जो D2 होगा जी, जी डेंसिटी D2 होगी, और सब तो बाद फिर D3 वाला होगा। तो इस दे विच देखो ये कैड़ी ऑप्शन दे विच मिलता जी अपन, ऑप्शन नंबर D दे विच मिलता जी, ठीक है जी, ऑप्शन नंबर D दे विच करैक्ट है जी। तो ए वाली इस तरह अपने शिंक करनगे, ठीक है नी। नैक्सट देखो जी 138 एसिड रेन इज मेड अप ऑफ, एसिड रेन दे विच की हुंदा, ये तो अपने लिए क्वेश्चन कई बार आ चुके हैं जी क्वेश्चन पेपर दे विच। तो इस दे विच की हुंदा जी नाइट्रोजन एंड सल्फर डाइऑक्साइड हुंदा जी, तो ये ऑप्शन नंबर C करैक्ट हो जूगी जी। नैक्सट देखो जी नीता पुट 2 or 3 ड्रॉप ऑफ डिल्यूट आयोडीन सोल्यूशन ऑन द स्मॉल सैंपल ऑफ रॉ फूड पेस्ट, इट टर्न ब्लू ब्लैक, ब्लू ब्लैक कलर का हो गया जी वो, दैन कंपाउंड फूड टेस्ट इज थ्रू दिस टेस्ट। ए वाला टेस्ट कि वास्ते किया जाता जी, ए वाला कर कार्बोहाइड्रेट्स वास्ते जी। एक होंगे टेस्ट जी अपने लगे प्रोटीन टेस्ट जी, प्रोटीन टेस्ट भी समझ लो ये भी इंपोर्टेंट है जी। प्रोटीन टेस्ट जो करना हो अपने किसी भी खाने के, मान लो आप प्रोटीन टेस्ट कर रहे हैं जी, मान लो आ खाने के प्रोटीन हैगा या नहीं हैगा, तो आप पाने जी कॉपर सल्फेट पाने जी, ये प्लस कास्टिक सोडा पाने जी। जो तो कास्टिक सोडा पाया जे यदा कलर वायलट कलर का हो गया जी, वायलट कलर का हो गया तो आप कहेंगे इस प्रोटीन हैगा जी, अदरवाइज नहीं होगा जी। तो प्रोटीन टेस्ट भी तुसी याद रखना जी, ये भी पूछा जाता जी क्वेश्चन। तो ये ऑप्शन जी है जी अपन आयोडीन क्या है जी, आयोडीन के नाल टेस्ट किता किता जाता जी, कार्बोहाइड्रेट्स का किया जाता जी। उस तो बाद क्वेश्चन नंबर 140 कस्टकटा यानी कि अमरवेल में क्या जाता जी, इस एग्जाम्पल ऑफ ये का एग्जाम्पल है जी, पैरासाइटिक प्लांट की एग्जाम्पल है। पैरासाइटिक प्लांट्स केड़े होंगे ने, वो वाले प्लांट मान लो एक दरख्त है जी अपने लिए, यह दरख्त है जी, तो इस उपर यह बैल बेल जी है जी अमरवेल लिपट जाती है जी। तो इस दे जो तैयार किए न्यूट्रिएंट्स होंगे ने दरख्त के अपने तैयार किए न्यूट्रिएंट्स होंगे थ्रू द फोटोसिंथेसिस के थ्रू जी, तो वो सारे सारे ज़्यादातर न्यूट्रिएंट्स कि इतों खिंच लेंदी है जी अमरवेल और इतों खाती है, यानी कि कहने का मतलब दूसरे के उत्ते डिपेंड करती है जी। तो वह कहते हैं पैरासाइटिक प्लांट होंगे ने जी, ठीक है जी। नैक्सट देखो जी इस दे विच ऑप्शन B करैक्ट हो जूगी। क्वेश्चन नंबर जी 141 वेयर इज़ द इंटर कैलरी मेरिस्टम लोकेटड इन द प्लांट बॉडी, प्लांट बॉडी के मेरिस्टम जो इंटर कैलरी मेरिस्टम कितने लोकेटड होंगे जी, ठीक है जी। सब तो पहले तो आप मेरिस्टम देखो, मेरिस्टम जोड़े होंगे ने 3 types के होंगे ने जी, मेरिस्टम ए वाले होंगे 3 types के। क्वेश्चन नंबर 141 है जी मेरिस्टम 3 types के होंगे ने जी अपने, फर्स्ट है जी अपने लगे एपिकल, सेकंड होंगे ने जी अपने लगे इंटर कैलरी, थर्ड जड़े होंगे ने जी अपने लगे वो होंगे ने लेटरल, ठीक है जी, लेटरल होंगे ने जी। हुण देखो जेडे एपिकल होंगे ने ये प्राइमरी जेडी ग्रोथ होंगी है उहदे विच हेल्प करते हैं जी, प्राइमरी ग्रोथ दे विच यानी कि शुरू दे विच जेडी ग्रोथ होंगी होंगी है, और ये ग्रोथ स्ट्रेट करते हैं भी लंबा करते हैं दरख्त या प्लांट्स को, ठीक है जी। तो यह प्राइमरी ग्रोथ के हेल्प करते हैं, और जो लेटरल होंगे ने ये जो तो एक साइ एक हाइट तक जो तो इनक्रीज़ हो जाता उस तो बाद जोड़ा है जोड़ा प्लांट है जी वो इस दूसरी साइड में यानी कि फैलना शुरू हो जाता, मोटा होना शुरू कर देता, तो वह लेटरल ये हेल्प करते हैं जी मोटा होने के हेल्प करते हैं। जोड़े इंटर कैलरी होंगे ने जी ये नोट्स के विचाले होंगे ने जी, जे आप गन्ना ला लीए जां आप बांस के जोड़े द पेड़ होंगे ने प्लांट्स होंगे ने जी उन्होंने दे लिए, तो यह उरे प्रजेंट होंगे ने जिस दे कारण यह उरो ग्रोथ करते हैं जी, ठीक है जी। तो इंटर आप कह सकते हैं कि इंटर नोट्स के होंगे, दो नोट्स के पे होंगे ने, ठीक है जी। तो यह भी ग्रोथ करने के हेल्प करते हैं जी। तो इस ऑप्शन जी है जी C करैक्ट हो जूगी जी। देखो वेयर इज़ द इंटर कैलरी मेरिस्टम लोकेटड इन द प्लांट, कितने होंगे ने जी बेस ऑफ द लीव्स, लीव्स के बेस के भी उरे जी,
ਆਹ ਵਾਲਾ ਬੇਸ ਦੇ ਵਿੱਚ ਔਰ ਟੂ ਨੋਟਸ ਦੇ ਵਿੱਚ ਜਾਂ ਆਪਾਂ ਕਹਿ ਸਕਦੇ ਇੰਟਰ ਨੋਟਸ ਦੇ ਵਿੱਚ, ਠੀਕ ਹੈ ਜੀ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 142 ਦੇ ਵਿੱਚ ਦੇਖੋ ਜੀ, ਆਕਸੀਜਨ ਰਿਚ ਬਲੱਡ ਫਰੋਮ ਦੀ ਲੰਗਸ ਫਸਟ ਕਮ ਟੂ, ਕਿੱਥੇ ਆਉਂਦੇ ਨੇ, ਠੀਕ ਹੈ ਜੀ। ਦੇਖੋ ਮੰਨ ਲਓ ਮੈਂ ਇੱਕ ਇੱਕ ਰਫ ਜਿਹਾ ਹਾਰਟ ਦਾ ਉਹ ਬਣਾ ਰਿਹਾ ਜੀ, ਤਾਂ ਇਹ ਫੋਰ ਚੈਂਬਰ ਹੁੰਦਾ ਜੀ। ਹਿਊਮਨ ਦਾ ਹਾਰਟ ਕੀ ਹੁੰਦਾ ਜੀ, ਫੋਰ ਚੈਂਬਰ ਹੁੰਦਾ। ਜਿਹੜੀ ਆਹ ਵਾਲੀ ਸਾਈਡ ਹੁੰਦੀ ਹੈ ਜੀ, ਇਹ ਹੁੰਦੇ ਲੈਫਟ ਆਰਟਰੀਜ਼, ਆਹ ਵਾਲੀ ਹੁੰਦੀ ਹੈ ਲੈਫਟ ਵੈਂਟਰੀਕਲ, ਔਰ ਆਹ ਵਾਲੀ ਹੁੰਦੀ ਹੈ ਜੀ ਰਾਈਟ ਆਰਟਰੀਜ਼, ਔਰ ਆਹ ਵਾਲੀ ਹੁੰਦੀ ਹੈ ਰਾਈਟ ਵੈਂਟਰੀਕਲ, ਠੀਕ ਹੈ ਜੀ। ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਪਿਓਰ ਬਲੱਡ ਆਉਂਦਾ ਜੀ, ਉਹ ਕਿਹਦੇ ਵਿੱਚ ਆਉਂਦਾ ਜੀ, ਲੈਫਟ ਆਰਟਰੀਜ਼ ਦੇ ਵਿੱਚ ਆਉਂਦਾ ਜੀ, ਠੀਕ ਹੈ ਨਾ। ਪਿਓਰ ਬਲੱਡ ਯਾਨੀ ਕਿ ਆਕਸੀਜਨ ਰਿਚ ਬਲੱਡ ਕਿੱਥੇ ਆਉਂਦਾ ਜੀ, ਲੰਗਸ ਤੋਂ, ਤਾਂ ਲੈਫਟ ਆਰਟਰੀ ਦੇ ਵਿੱਚ ਆਉਂਦਾ ਜੀ। ਆਪਸ਼ਨ ਨੰਬਰ ਏ ਕੁਰੈਕਟ ਹੋਜੂਗੀ ਜੀ ਆਪਣੀ, ਠੀਕ ਹੈ ਜੀ। ਨੈਕਸਟ ਦੇਖੋ ਜੀ, ਇੱਧਰ ਜਿਹੜਾ ਹੁੰਦਾ ਜੀ ਡੀਆਕਸਾਈਡ, ਜਿਹੜੀ ਕਿ ਜਿਹੜਾ ਆਕਸੀਜਨ ਤੋਂ ਬਗੈਰ ਜਿਹੜਾ ਬਲੱਡ ਜਾਂਦਾ ਜੀ ਉਹ ਜਾਂਦਾ ਜੀ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 143, ਮਲੇਰੀਆ ਇਜ਼ ਕਾਜਡ ਬਾਈ ਦੀ ਪ੍ਰੋਟੋਜੋਆ, ਇਹ ਆਪਾਂ ਕਈ ਵਾਰ ਕੁਐਸਚਨ ਕਰ ਚੁੱਕੇ ਹਾਂ ਜੀ, ਤਾਂ ਇਸ ਦੀਆਂ ਡਿਜੀਜ਼ ਵਗੈਰਾ ਤੁਸੀਂ ਯਾਦ ਕਰ ਲਓ, ਠੀਕ ਹੈ ਜੀ। ਕਈ ਵਾਰ ਆ ਚੁੱਕਿਆ, ਉਹ ਹਰ ਸਾਲ ਮੋਸਟਲੀ ਪੁੱਛਿਆ ਜਾਂਦਾ ਹੈ। ਇਹਦੇ ਨਾਲ ਜਿਹੜੇ ਬੈਕਟੀਰੀਆ ਨਾਲ ਹੁੰਦੀ ਹੈ, ਟੀਬੀ ਦੀ ਬਿਮਾਰੀ ਵੀ ਹੁੰਦੀ ਹੈ, ਕੋਲਰਾ ਵੀ ਹੁੰਦਾ ਜੀ, ਔਰ ਆਪਾਂ ਕਹਿ ਸਕਦੇ ਹਾਂ ਪਲੇਗ ਵਗੈਰਾ ਵੀ ਇਸ ਦੇ ਨਾਲ ਹੀ ਹੁੰਦੀ ਹੈ ਜੀ। ਅਤੇ ਇਹ ਤੁਸੀਂ ਯਾਦ ਕਰ ਲਓ ਜੀ, ਵਾਰ ਵਾਰ ਇਹ ਕੁਐਸਚਨ ਆ ਰਿਹਾ ਜੀ, 2015 ਦੇ ਵਿੱਚ ਵੀ ਇਹ ਕੁਐਸਚਨ ਆ ਚੁੱਕਿਆ ਜੀ। ਨੈਕਸਟ ਜਿਹੜੀ ਪ੍ਰੋਟੋਜੋਨ ਦੇ ਨਾਲ ਆਪਾਂ ਨੂੰ ਪਤਾ ਜੀ, ਇੱਕ ਤਾਂ ਮਲੇਰੀਆ ਹੁੰਦਾ ਜਾਂ ਦੂਸਰਾ ਆਪਾਂ ਕਹਿ ਸਕਦੇ ਚਗੈਸ ਡਿਜ਼ੀਜ਼ ਵੀ ਇਸ ਦੇ ਨਾਲ ਹੀ ਹੁੰਦੀਆਂ ਨੇ, ਔਰ ਤੀਜਾ ਵਾਇਰਸ ਦੇ ਨਾਲ। ਵਾਇਰਸ ਦੇ ਨਾਲ ਆਪਣਾ ਮੋਸਟਲੀ ਜਿਹੜੇ ਕੋਮਨ ਚੱਲ ਰਹੀਆਂ ਨੇ, ਇੱਕ ਤਾਂ ਜੀ ਏਡਸ, ਕੋਮਨ ਕੋਲਡ ਵੀ ਇਹਦੇ ਨਾਲ ਹੀ ਹੁੰਦਾ ਜੀ, ਯਾਨੀ ਕਿ ਫਲੂ ਜਿਹੜਾ ਹੁੰਦਾ ਜੀ ਆਪਾਂ ਨੂੰ, ਕੋਮਨ ਕੋਲਡ ਵਗੈਰਾ ਜੀ, ਔਰ ਚਿਕਨ ਜਿਹੜਾ ਚਿਕਨ ਪੋਕਸ ਵੀ ਹੁੰਦੇ ਨੇ ਜੀ, ਉਹ ਵੀ ਕਿਹਦੇ ਨਾਲ ਹੁੰਦੇ ਨੇ ਜੀ, ਵਾਇਰਸ ਦੇ ਨਾਲ ਹੀ ਹੁੰਦੇ ਨੇ, ਠੀਕ ਹੈ ਜੀ। ਨੈਕਸਟ ਹੈ ਕੁਐਸਚਨ ਨੰਬਰ 144 ਦੇ ਵਿੱਚ ਦੇਖੋ ਜੀ, ਕੰਸੈਪਟ ਆਫ ਦੀ ਡਬਲ ਫਰਟੀਲਾਈਜੇਸ਼ਨ ਐਂਡ ਟ੍ਰਿਪਲ ਫਿਊਜ਼ਨ ਇਨ ਸੈਕਸੁਅਲ ਰਿਪ੍ਰੋਡਕਸ਼ਨ ਆਫ ਪਲਾਂਟਸ ਆਰ ਰਿਲੇਟਡ ਵਿਦ, ਕਿਹਦੇ ਨਾਲ ਰਿਲੇਟ ਕਰਦਾ ਜੀ। ਦੇਖੋ ਇਸ ਦੇ ਵਿੱਚ ਦੇਖੋ ਜੀ, ਜਿਹੜੀ ਡਬਲ ਫਰਟੀਲਾਈਜੇਸ਼ਨ ਹੁੰਦੀ ਹੈ, ਡਬਲ ਫਰਟੀਲਾਈਜੇਸ਼ਨ ਦੇ ਵਿੱਚ ਟੂ ਆਪਾਂ ਸੈੱਲ ਕਹਿ ਸਕਦੇ ਹਾਂ ਜੀ, ਔਰ ਇੱਧਰ ਇਹ ਇੱਕ ਸੈੱਲ ਤਾਂ ਅਟੈਕ ਕਰਦਾ ਜੀ, ਇੱਕ ਸੈੱਲ ਨੂੰ ਫਰਟੀਲਾਈਜ਼ ਕਰਨ ਵਾਸਤੇ, ਦੂਜਾ ਉਸ ਨੂੰ ਫਿਊਜ਼ਨ ਕਰਨ ਵਾਸਤੇ ਯੂ ਹੁੰਦਾ ਜੀ, ਠੀਕ ਹੈ ਜੀ। ਦੂਜਾ ਸੈੱਲ ਉਹਨੂੰ ਫਿਊਜ਼ਨ ਕਰਨ ਵਾਸਤੇ ਹੁੰਦਾ, ਯਾਨੀ ਕਿ ਇੱਕ ਦੇ ਇਹਦੇ 'ਚ ਕੀ ਬਣਦਾ ਜੀ, ਗੇਮੈਟ, ਠੀਕ ਹੈ ਜੀ, ਔਰ ਦੂਜਾ ਇਹਨੂੰ ਫਿਊਜ਼ਨ ਕਰਨ ਵਾਸਤੇ ਕੀਤਾ ਜਾਂਦਾ ਜੀ, ਠੀਕ ਹੈ। ਤਾਂ ਇਸ ਦੇ ਵਿੱਚ ਕੀ ਬਣਦਾ ਜੀ, ਡਬਲ ਜਿਹੜੀ ਆ ਡਬਲ ਫਰਟੀਲਾਈਜੇਸ਼ਨ ਹੈ ਜੀ, ਜੇਸ਼ਨ ਦੇ ਵਿੱਚ ਬਣਦਾ ਆਪਣੇ ਲਵੇ ਜੀ ਜ਼ਾਇਗੋਟ ਬਣਦਾ ਜੀ, ਔਰ ਟ੍ਰਿਪਲ ਫਿਊਜ਼ਨ ਦੇ ਵਿੱਚ ਆਪਣੇ ਲਈ ਬਣਦਾ ਜੀ, ਟ੍ਰਿਪਲ ਫਿਊਜ਼ਨ ਦੇ ਵਿੱਚ ਆਪਣੇ ਲਈ ਬਣਦਾ ਜੀ ਐਂਡੋਸਪਰਮ, ਠੀਕ ਹੈ ਜੀ। ਤਾਂ ਇਹ ਵਾਲੀ ਇੱਕ ਇਹ ਵੀ ਕੁਐਸਚਨ ਆਉਂਦਾ ਜੀ, ਇਸ ਦੇ ਵਿੱਚ ਦੇਖੋ ਇਹ ਵਾਲੀ ਚੀਜ਼ ਆ ਰਹੀ ਹੈ, ਤਾਂ ਇਹਦੇ ਵਿੱਚ ਆਪਸ਼ਨ ਨੰਬਰ ਫਿਊਜ਼ਨ, ਇਹਦਾ ਆਪਸ਼ਨ ਨੰਬਰ 1 ਕਰੈਕਟ ਹੈ ਜੀ। ਫਿਊਜ਼ਨ ਆਫ ਵਨ ਸਪਰਮ ਵਿਦ ਐਗ ਸੈੱਲ ਐਂਡ ਅਨਦਰ ਵਿਦ ਦੀ ਟੂ ਪੋਲਰ, ਇਸ ਦੇ ਵਿੱਚ ਹਾਂ ਟੂ ਪੋਲਰ ਨਿਊਕਲੀਆਈ ਹੁੰਦੇ ਨੇ, ਠੀਕ ਹੈ, ਟੂ ਪੋਲਰ ਨਿਊਕਲੀਆਈ ਬਣਦੇ ਨੇ ਜੀ। ਤਾਂ ਇਹ ਵੀ ਪੁੱਛਿਆ ਜਾਂਦਾ ਜੀ ਇਸ ਦੇ ਵਿੱਚ ਕੁਐਸਚਨ, ਕਿ ਇਹ ਡਿਸਕਵਰੀ ਕਿਹਨੇ ਕੀਤੀ ਸੀ ਜੀ। ਤਾਂ ਇਹ ਵੀ ਯਾਦ ਰੱਖਿਓ ਤੁਸੀਂ, ਨਵਾਸਚਿਨ ਐਂਡ ਦੂਸਰਾ ਆਪਣੇ ਲਵੇ ਸੀ ਜੀ ਗਿੰਗਨਾਰਡ ਸੀ, ਠੀਕ ਹੈ ਜੀ। ਤਾਂ ਇਹਨਾਂ ਦੋਵਾਂ ਨੇ ਮਿਲ ਕੇ ਕੀ ਕਰਿਆ ਸੀ ਜੀ, ਇੱਕ ਇਹ ਡਬਲ ਫਰਟੀਲਾਈਜੇਸ਼ਨ ਐਂਡ ਟ੍ਰਿਪਲ ਫਿਊਜ਼ਨ ਦੀ ਡਿਸਕਵਰੀ ਕੀਤੀ ਸੀ ਜੀ, ਠੀਕ ਹੈ ਜੀ। ਅਤੇ ਇਸ ਦੇ ਵਿੱਚ ਆਪਸ਼ਨ ਜਿਹੜੀ ਹੈ ਜੀ, ਆਪਸ਼ਨ ਨੰਬਰ ਏ ਕੁਰੈਕਟ ਹੈ ਜੀ। ਨੈਕਸਟ ਦੇਖੋ ਕੁਐਸਚਨ ਨੰਬਰ 145, ਹਾਉ ਮੈਨੀ ਹੈਪਲੋਇਡ ਸੈੱਲਸ ਆਰ ਫੋਰਮਡ ਐਟ ਦੀ ਐਂਡ ਆਫ ਦੀ ਮਿਓਸਿਸ ਟੂ ਦੇ ਐਂਡ ਦੇ ਵਿੱਚ ਕਿੰਨੇ ਆਪਣੇ ਲਵੇ ਹੈਪਲੋਇਡ ਸੈੱਲ ਬਣਦੇ ਨੇ। ਦੇਖੋ ਫਸਟ ਜਿਹੜਾ ਸੈੱਲ ਆ, ਫੋਰ ਐਗਜ਼ਾਮਪਲ ਆਪਾਂ ਇੱਕ ਸੈੱਲ ਲੈ ਕੇ ਚੱਲੀਏ, ਇਹਦੇ ਵਿੱਚ ਫਸਟ ਮਿਓਸਿਸ ਹੋਈ, ਠੀਕ ਹੈ ਜੀ, ਮਿਓਸਿਸ ਫਸਟ ਦੇ ਵਿੱਚ ਜਿਹੜਾ ਹੁੰਦਾ ਜੀ, ਦੋ ਸੈੱਲ ਬਣਦੇ ਨੇ ਜੀ, ਇੱਕ ਸੈੱਲ ਆ ਬਣ ਜਾਂਦਾ, ਦੂਜਾ ਸੈੱਲ
आ बन जाता है। ठीक है जी, फिर होंगी है म्यूसिस टू, जिहड़ा ए वाला सिंगल सैल है, फिर ये किहदे विच टुटदा जी, दो सैल दे विच, और फिर ए वाला सैल भी टू सैल दे विच टुटदा, इहनू कहिंदे ने म्यूसिस टू। ए वाला की है म्यूसिस टू, तो इस दे विच किन्ने सैल किन्ने बनदे जी, सैल फोर सैल बनदे ने, तो ऑप्शन नंबर ए करैक्ट हो जूगी। ठीक है जी, नैक्सट देखो जी क्वेश्चन नंबर 146। ए जी हुण अपने लवे जिहड़े आ गए जी पेडागोजी दे क्वेश्चन आ गए जी। इन विच ऑफ द फलोविंग साइंस प्रोसैस स्किल स्टूडेंट्स, इन्हां विचों किहड़ा यानी कि थ्रू आपां स्किल प्रोड्यूस कर सकते हैं, ड्रा द कंकलूजन अबाउट द काज ऑफ द ऑब्जरवेशन, ऑब्जरवेशन दे थ्रू। तो आपां नूं इस दे विच पुछा गया जी कि जदों विद्यार्थी यानी कि अपने ऑब्जरवेशन करते हैं जी, ठीक है जी, एक टेस्ट करते हैं, एक जो आप रिजल्ट कढ़ते हैं, तो उसका एंड दे विच की निकलता जी, तो की निकलता, इनफेरेंस निकलता जी, नतीजा निकलता जी अपने लवेज दे विच। ठीक है जी, इस दे विच क्वेश्चन नंबर 146 का ऑप्शन नंबर सी करैक्ट सी जी। ठीक है जी, नैक्सट देखो जी क्वेश्चन नंबर 147, टीचिंग एड्स इन साइंस, टीचिंग एड साइंस दे विच की ने जी, शुड बी, ऑप्शन नंबर डी, should be used for regularly to develop the process and thinking skill in science, साइंस ਦੇ ਵਿੱਚ ਇਹ ਆਪਾਂ ਨੇ ਡਿਵੈਲਪਮੈਂਟ ਲੈ ਕੇ ਆਉਣੀ ਹੈ। ਠੀਕ ਹੈ, ਡਿਵੈਲਪਮੈਂਟ ਲੈ ਕੇ ਆਉਣੀ, ਦੂਜਾ ਉਸਦੇ ਵਿੱਚ ਬੱਚਿਆਂ ਦੇ ਵਿੱਚ ਸਕਿੱਲ ਪੈਦਾ ਕਰਨੀਆਂ ਨੇ। ਠੀਕ ਹੈ ਜੀ, ਨੈਕਸਟ ਦੇਖੋ ਜੀ ਕੁਐਸਚਨ ਨੰਬਰ 148, ਦ ਪ੍ਰਿੰਸੀਪਲ ਆਫ ਸਾਇੰਸ ਵਿੱਚ ਟੈਲ ਅਸ ਟੂ ਚੂਜ਼ ਦੀ ਸਿੰਪਲੈਸਟ ਸੈਂਟੀਫਿਕ ਐਕਸਪਲੇਨੇਸ਼ਨ ਦੇਟ ਫਿਟ ਦੀ ਐਵੀਡੈਂਸ ਇਜ਼। ਦੇਖੋ ਇਸ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ 148 ਦੇ ਵਿੱਚ ਜੀ ਕਿ ਵਿਗਿਆਨ ਦੇ ਕਿਹੜੇ ਸਿਧਾਂਤ ਦੱਸਦੇ ਹਨ ਕਿ ਸਰਲ ਵਿਗਿਆਨਿਕ ਜਿਹੜੀ ਵਿਆਖਿਆ ਉਹ ਸਭ ਤੋਂ ਸਰਲ ਹੈ। ਠੀਕ ਹੈ ਜੀ, ਇਹਦੇ ਵਿੱਚ ਕਿਹੜਾ ਆਪਾਂ ਨੂੰ ਮੈਥਡ ਦੱਸਦਾ ਜੀ, ਤਾਂ ਉਹ ਕੀ ਹੈ ਜੀ, ਪ੍ਰਿੰਸੀਪਲ ਆਫ ਪਰਸੋਮਨੀ। ਠੀਕ ਹੈ ਨਾ, ਇਹ ਪ੍ਰਿੰਸੀਪਲ ਆਫ ਪਰਸੋਮਨੀ ਇਹ ਆਪਾਂ ਨੂੰ ਕਹਿੰਦਾ ਕਿ ਜਿਹੜੇ ਬੱਚੇ ਨੂੰ ਮੰਨ ਲਓ ਕੁਛ ਵੀ ਆਪਾਂ ਸਮਝਾ ਰਹੇ ਹਾਂ, ਤਾਂ ਸਿੰਪਲ ਮੈਥਡ ਉਸਦੇ ਲਈ ਯੂਜ਼ ਕੀਤਾ ਜਾਵੇ, ਬਿਲਕੁਲ ਹੀ ਸਿੰਪਲ ਐਗਜ਼ਾਮਪਲ ਲੈ ਕੇ ਚੱਲਿਆ ਜਾਵੇ, ਤਾਂ ਉਹ ਪੈਰਿਸੋਮਨੀ ਦੱਸਦਾ ਜੀ। ਠੀਕ ਹੈ ਜੀ, ਆਪਸ਼ਨ ਨੰਬਰ ਏ ਕੁਰੈਕਟ ਹੋ ਜੂਗੀ ਜੀ। ਕੁਸ਼ਚਨ ਨੰਬਰ 149 ਦੇਖੋ, ਵਿੱਚ ਆਫ ਦੀ ਫੋਲੋਇੰਗ ਐਕਟੀਵਿਟੀਜ਼ ਇਜ਼ ਕੰਸਰਨ ਵਿਦ ਦੀ ਅਸੈਂਸਿੰਗ ਸਾਈਕੋਮੋਟਰ ਡੋਮੈਨ ਆਫ ਦੀ ਸਟੂਡੈਂਟ ਇਨ ਦਿਸ ਸਾਇੰਸ ਕਲਾਸਰੂਮ। ਠੀਕ ਹੈ ਜੀ, ਯਾਨੀ ਕਿ ਬੱਚੇ ਦੇ ਵਿੱਚ ਜਿਹੜੀ ਆਪਣੀ ਹੈ ਜੀ ਸਾਈਕੋਮੋਟਰ ਜਿਹੜੀ ਡੋਮੈਨ ਹੈ ਜੀ, ਉਹ ਕਿਵੇਂ ਐਕਟਿਵ ਕੀਤੀ ਜਾਊਗੀ, ਕਿਹੜੇ ਮੈਥਡ ਦੇ ਨਾਲ ਕੀਤੀ ਜਾਊਗੀ ਜੀ, ਤਾਂ ਇਸਦੇ ਵਿੱਚ ਦੇਖੋ ਜੀ ਆਪਸ਼ਨ ਨੰਬਰ ਸੀ ਕੁਰੈਕਟ ਹੋ ਜੀ, ਲੈਬੋਰਟਰੀ ਆਊਟਕਮਸ ਦੇ ਥਰੂ। ਠੀਕ ਹੈ ਜੀ, ਯਾਨੀ ਕਿ ਜ਼ਿਆਦਾ ਉਸਨੂੰ ਐਕਟੀਵਿਟੀਜ਼ ਦੇ ਵਿੱਚ ਲੈਬੋਰਟਰੀ ਟੈਸਟ ਦੇ ਵਿੱਚ ਪਾਇਆ ਜਾਵੇ। ਠੀਕ ਹੈ ਜੀ, ਨੈਕਸਟ ਦੇਖੋ ਜੀ ਕੁਸ਼ਚਨ ਨੰਬਰ 150 ਦੇ ਵਿੱਚ ਆਪਣੇ ਲਵੇ ਕੀ ਹੈ ਜੀ, ਸਟੈਮ ਬੇਸਡ ਕਰੀਕੁਲਮ ਇਜ਼ ਬੇਸਡ ਔਨ ਦੀ, ਯਾਨੀ ਕਿ ਮੂਲ ਰੂਪ ਵਿੱਚ ਜਿਹੜਾ ਆਧਾਰਿਤ ਪਾਠਕ੍ਰਮ ਆ ਉਹ ਕਿਸ 'ਤੇ ਆਧਾਰਿਤ ਹੈ ਜੀ। ਠੀਕ ਹੈ ਜੀ, ਤਾਂ ਇਸਦੇ ਵਿੱਚ ਜਿਹੜੀ ਆਪਸ਼ਨ ਨੰਬਰ ਹੋਊਗੀ ਜੀ ਆਪਣੀ ਬੀ ਕੁਰੈਕਟ ਹੋ ਜਾਊਗੀ, ਇੰਟਰ ਡਿਸਿਪਲਨਰੀ ਐਂਡ ਅਪਲਾਈਡ ਅਪਰੋਚ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਤਾਂ ਇਹ ਸੀ ਜੀ ਆਪਣੇ ਲਵੇ ਕੁਸ਼ਚਨ ਨੰਬਰ 150 ਜੀ, ਜੋ ਕਿ ਲਾਸਟ ਕੁਸ਼ਚਨ ਸੀ, ਤਾਂ ਇਹ ਆਪਣਾ ਸਾਇੰਸ ਦਾ ਪੋਰਸ਼ਨ ਪੂਰਾ ਹੋ ਚੁੱਕਿਆ ਜੀ। ਥੈਂਕ ਯੂ।